ਸਬਜ਼ੀ ਮੰਡੀ ਦੀ ਗੱਲ ਕਰੀਏ, ਜੇ ਗੌਰਮੈਂਟ ਨੇ ਸੋਮਵਾਰ ਤੇ ਵੀਰਵਾਰ ਦਾ ਦਿਨ ਨਿਰਧਾਰਿਤ ਕੀਤਾ, ਲੇਕਿਨ ਉਹਦੇ ਬਾਵਜੂਦ ਵੀ ਮੰਡੀਆਂ ਦੇ ਵਿੱਚ ਸਬਜ਼ੀ ਵਿਕ ਰਹੀ ਹੈ, ਲੋਕੀ ਖਰੀਦ ਫਰੋਖਤ ਕਰ ਰਹੇ ਨੇ। ਪਿੱਛੇ ਦੇਖੋ, ਮੇਰੇ ਪਿੱਛੇ ਦੇਖੋ, ਇੱਕ ਟਰੱਕ ਹੈ ਜਿਹਨੂੰ ਕਿ ਅਸੀਂ ਕਹਿਣਾ ਚਾਹਾਂਗੇ ਕਿ ਇਹ ਜਿਹੜੀ ਇਹ ਸਬਜ਼ੀ ਇੱਥੋਂ ਬਾਜ਼ਾਰ ਵਿੱਚ ਵਿਕ ਰਹੀ ਹੈ ਔਰ ਪੂਰਾ ਇਹਦਾ ਨਾਪ ਤੋਲ ਹੋ ਰਿਹਾ। ਕਿਸ ਤਰ੍ਹਾਂ ਕਰਕੇ ਕਰਦੇ ਭਾਅ ਜੀ? ਪਿਆਜ਼ ਕੀ ਭਾਅ ਜੀ? ਪਿਆਜ਼ ਕੀ ਭਾਅ ਨੇ ਜੀ? ਨਹੀਂ ਗੱਲ ਕਰੋਗੇ? ਗੌਰਮੈਂਟ ਨੇ ਸੋਮਵਾਰ ਦਾ ਤੇ ਵੀਰਵਾਰ ਦਾ ਦਿਨ ਰੱਦ ਕੀਤਾ, ਤੁਸੀਂ ਵੇਚਦੇ ਪਏ ਸਬਜ਼ੀ? ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ। ਸਬਜ਼ੀ ਜੋ ਹੈ ਸੋਮਵਾਰ ਤੇ ਵੀਰਵਾਰ, ਲੇਕਿਨ ਉਹਦੇ ਬਾਵਜੂਦ ਵੀ ਸਬਜ਼ੀ ਵਿਕ ਰਹੀ ਹੈ। ਗੌਰਮੈਂਟ ਦਾ ਇਸ ਪਾਸੇ ਧਿਆਨ ਨਹੀਂ, ਪੁਲਿਸ ਦੀਆਂ ਗੱਡੀਆਂ ਫੇਰ ਰਹੀਆਂ, ਕੋਈ ਇਹਨਾਂ ਵੱਲ ਧਿਆਨ। ਮੈਂ ਤੁਹਾਡੀ ਹੋਰ ਵੀ ਬੰਦਿਆਂ ਨਾਲ ਗੱਲਬਾਤ ਕਰਾਉਂਦਾ। ਭਾਅ ਜੀ, ਤੁਸੀਂ ਸਬਜ਼ੀ ਲੈਣ ਵਾਸਤੇ ਆਏ ਹੋ? ਹਾਂਜੀ, ਸਬਜ਼ੀ ਲੈਣ ਵਾਸਤੇ। ਸਬਜ਼ੀ ਮਿਲੀ ਤੁਹਾਨੂੰ? ਨਾ, ਮਿਲੀ ਨਹੀਂ। ਦੱਸੋ ਕਿਉਂ ਨਹੀਂ ਮਿਲੀ ਸਬਜ਼ੀ? ਕਿਉਂ ਨਹੀਂ ਮਿਲੀ? ਰੌਲਾ ਰੱਪੜੀ ਆ, ਕੋਈ ਸੁਣਦਾ ਨਹੀਂ, ਗਿਣਦਾ ਨਹੀਂ, ਜੋ ਮਰਜ਼ੀ ਆਪਣਾ ਰੇਟ ਲਾਈ ਜਾਂਦੇ ਆ, ਜੋ ਮਰਜ਼ੀ ਜਿੱਦੋਂ ਮਰਜ਼ੀ ਭਜਾਈ ਫਿਰਦੇ ਪੁਲਿਸ ਵਾਲੇ, ਤਾਂ ਉਹ ਵੀ ਕਿਸੇ ਨੂੰ ਖਲੋਣ ਨਹੀਂ ਦਿੰਦੇ। ਜਿਹੜਾ ਕੋਈ ਜ਼ੋਰ ਪੈਂਦਾ ਕੋਈ ਲੈ ਜਾਂਦਾ, ਤਕੜਾ ਬੰਦਾ ਕੋਈ ਲੈ ਜਾਂਦਾ, ਮਾੜੀ ਜਿਹੀ ਗੱਲ ਨਹੀਂ ਸੁਣਦਾ। ਇਸ ਤਰ੍ਹਾਂ ਤਾਂ ਨਹੀਂ ਚਾਹੀਦਾ। ਚਲੋ ਥੋੜ੍ਹਾ ਬਹੁਤ 2 ਘੰਟੇ 4 ਘੰਟੇ ਟਾਈਮ ਹੋਵੇ, ਚਲੋ ਕੋਈ ਸਬਜ਼ੀ ਲੈ ਜੇ। ਹੁਣ ਜਿਹਨੇ ਦਿਹਾੜੀ ਲਾ ਕੇ ਆਉਣਾ, ਉਹ ਕਿੱਥੋਂ ਖਾਊਗਾ, ਕੀ ਕਰੂਗਾ? ਘਰ ਬੰਦ ਆ, ਇੱਕ ਦੁਕਾਨਾਂ ਬੰਦ ਆ, ਕੀ ਕਰੂਗਾ ਕੋਈ? ਸਬਜ਼ੀ ਕੰਟਰੋਲ ਰੇਟ ਤੇ ਮਿਲਦੀ ਵੀ ਤੁਹਾਨੂੰ ਇੱਥੋਂ? ਨਹੀਂ ਜੀ, ਨਹੀਂ ਕੋਈ ਕੰਟਰੋਲ ਰੇਟ ਨਹੀਂ। ਜੋ 50 ਵਾਲੀ ਚੀਜ਼ ਆ 50 ਦੀ ਮਿਲ ਰਹੀ ਆ, ਜਿਹੜੀ 10 ਵਾਲੀ ਆ 100 ਦੀ ਮਿਲ ਰਹੀ ਆ। ਜੇ ਅੰਗਰੇਜ਼ ਬਣਨਾ ਹੈ ਮੋਦੀ ਸਾਹਿਬ, ਜੇ ਅੰਗਰੇਜ਼ਾਂ ਦੀ ਰੀਸ ਕਰਨੀ ਹੈ ਤੇ ਅੰਗਰੇਜ਼ਾਂ ਦੀਆਂ ਬਿਮਾਰੀਆਂ ਵੀ ਲੈਣੀਆਂ ਪੈਣੀਆਂ। ਇਹ ਨਹੀਂ ਹੈ ਕਿ ਧਨ ਲੈਣ ਦਾ ਉਹ ਫੈਕਟਰੀ ਲਾਈ। ਅੱਜ ਤੱਕ ਮੇਰੀ 52 ਸਾਲ ਉਮਰ ਏ, ਮੈਂ ਪਾਵਰਾਂ ਦਾ ਕੰਮ ਕਰਦਾ ਹਾਂ, ਮੈਂ ਰਕਸ਼ਾ ਆਇਆ, ਦਿਹਾੜੀਆਂ ਲਾਈਆਂ, ਹਾਰ ਕੇ ਮੈਂ ਰੇਹੜੀ ਲਾਉਣੀ ਸ਼ੁਰੂ ਕਰਤੀ। ਬੱਚੇ ਮੇਰੇ 2 ਨੇ, ਮੈਂ ਪੜ੍ਹਾਉਣ ਡਿਆ ਉਹਨਾਂ ਨੂੰ, ਮੈਨੂੰ ਪਤਾ ਮੈਂ ਕਿੱਦਾਂ ਪੜ੍ਹਾਉਣ ਡਿਆ। ਅੱਜ 7 ਸਾਲ ਹੋ ਗਿਆ ਘਰ 'ਚ ਭੁੱਖ ਮਰੀ ਪੈ ਗਈ, ਪੈਸੇ ਪੜ੍ਹ ਕੇ ਕਿਸੇ ਨੇ ਕਿਹਾ ਆਲੂ ਵੇਚ ਲਾ, ਗੰਢੇ ਵੇਚ ਲਾ। ਮੈਂ ਕਿਹਾ ਲਓ ਮਹਾਰਾਜ, ਆਲੂ ਗੰਢੇ ਵੇਚ ਲੈਂਦੇ ਆ। ਸੋ ਦੇਖੋ, ਇੱਥੇ ਲੋਕਾਂ ਵਿੱਚ ਆਕਰੋਸ਼ ਵੀ ਪਾਇਆ ਜਾ ਰਿਹਾ, ਗੁੱਸਾ ਵੀ ਪਾਇਆ ਜਾ ਰਿਹਾ, ਬਿਮਾਰੀ ਨੂੰ ਮੰਨਦੇ ਵੀ ਨੇ। ਕੋਰੋਨਾ ਵਾਇਰਸ ਫੈਲ ਵੀ ਰਿਹਾ ਵੈ, ਉਹਦੀ ਪ੍ਰਿਕੋਸ਼ਨ ਵੀ ਲੈਣਾ ਚਾਹੁੰਦੇ ਨੇ, ਲੇਕਿਨ ਜਿੱਥੇ ਭੁੱਖ ਮਰੀ ਦਾ ਸਵਾਲ ਆਉਂਦਾ ਉੱਥੇ ਲੋਕੀ ਸੁਚੇਤ ਨਹੀਂ ਹੋਏ ਇਸ ਪਾਸੇ। ਗੱਲ ਕਰੀਏ ਸਬਜ਼ੀ, ਸੋਮਵਾਰ ਤੇ ਵੀਰਵਾਰ ਮਿਲਦੀ ਹੈ, ਲੇਕਿਨ ਉਹਦੇ ਬਾਵਜੂਦ ਵੀ ਸਬਜ਼ੀਆਂ ਮਿਲ ਰਹੀਆਂ ਨੇ। ਸਬਜ਼ੀਆਂ ਦੇ ਭਾਅ ਕੀ ਮਿਲ ਰਹੇ ਨੇ ਉਹ ਤੁਹਾਨੂੰ ਹੁਣੇ ਪੁੱਛ ਕੇ ਦੱਸਦੇ ਹਾਂ। ਭਾਅ ਜੀ, ਆਪਣਾ ਤੁਸੀਂ ਸਬਜ਼ੀ ਮੰਡੀ ਤੋਂ ਆਇਓ? ਹਾਂਜੀ ਭਾਅ ਜੀ, ਸਬਜ਼ੀ ਮੰਡੀ ਤੋਂ ਆਏ ਜੀ। ਸਬਜ਼ੀ ਦੇ ਰੇਟ ਕੀ ਨੇ, ਕਿਸ ਤਰ੍ਹਾਂ ਮਿਲ ਰਹੇ ਨੇ, ਕਿ ਸਹੀ ਦਾਮਾਂ ਤੇ ਮਿਲ ਰਹੀ ਕਿ ਨਹੀਂ ਮਿਲ ਰਹੀ? ਭਾਅ ਜੀ, ਜਿਹੜਾ ਬੋਰਾ ਅਸੀਂ 600-700 ਦਾ ਆਲੂਆਂ ਦਾ ਲੈ ਕੇ ਜਾਂਦੇ ਹਾਂ, ਉਹ ਬੋਰਾ ਸਾਨੂੰ ਅੱਜ 1300-1400 ਰੁਪਈਏ ਦਾ ਮਿਲਣ ਡਿਆ ਵਾ। ਉਹਦੀ ਗਾੜੀ ਪਿੰਡਾਂ ਦੇ ਵਿੱਚ ਕੀ ਭਾਅ ਵਿਕਰੀ ਹੋਈਗੀ? ਅਗਰ ਪਿੰਡਾਂ ਦੇ ਵਿੱਚ ਜੇ ਅਸੀਂ ਉਹਦਾ ਕੋਈ ਅਸੀਂ ਪ੍ਰੋਫਿਟ ਲੈ ਕੇ ਵੇਚਾਂਗੇ, ਤੇ ਸਾਨੂੰ ਗਰੀਬ ਭਰਾ ਭੈਣ ਭਰਾਵਾਂ ਨੇ ਸਾਡੇ ਤੇ ਪਰਚੇ ਕਰਨੇ ਵੀ ਤੁਸੀਂ ਰੇਟ ਵੱਧ ਲੈਣ ਡਿਆ ਜੇ। ਉੱਥੇ ਪ੍ਰਸ਼ਾਸਨ ਨੂੰ ਕੋਈ ਕਰਨਾ ਚਾਹੀਦਾ ਉੱਥੇ, ਵੀ ਰੇਟ ਵੀ ਬਿਲਕੁਲ ਕੰਟਰੋਲ ਤੇ ਸੌਦਾ ਵੇਚਣ ਵਾਲੇ ਨੂੰ ਮਿਲਣਾ ਚਾਹੀਦਾ। ਵੀ ਤੁਹਾਡਾ ਕਹਿਣ ਦਾ ਮਤਲਬ ਕਿ ਉਸ ਪਿੱਛੋਂ ਹੀ ਜਿਹੜੀ ਬਲੈਕ ਮਿਲ ਰਹੀ ਹੈ? ਹਾਂਜੀ, ਬਲੈਕ ਮਿਲ ਰਹੀ, ਬਲੈਕ ਬਹੁਤ ਜ਼ਿਆਦਾ ਹੋਣ ਡਈ ਆ ਪਿੱਛੇ ਜੀ। ਜਿਹੜਾ ਪਿਆਜ਼ ਅਸੀਂ 21-18-19 ਰੁਪਈਏ ਖੜਨਾ, ਉਹਦੇ 28-27-30 ਰੁਪਈਏ ਭਾਅ ਦੱਸਣ ਡੇ ਮੰਡੀ ਦੇ ਵਿੱਚ। ਇਹਦਾ ਮਤਲਬ ਹੈ ਕਿ ਤੁਸੀਂ ਅੱਗੇ ਜਾ ਕੇ ਕੀ ਭਾਅ ਵੇਚੋਗੇ ਇਹ ਤੁਹਾਨੂੰ ਵੀ ਨਹੀਂ ਪਤਾ? ਕੋਈ ਪਤਾ ਨਹੀਂ ਜੀ ਸਾਨੂੰ, ਅਸੀਂ ਡਰਨਾ ਵੀ ਸਾਡੇ ਮੁੜ ਕੇ ਸਾਡੇ ਜੋ ਖਰੀਦਣ ਵਾਲੇ ਪਰਚਾ ਕਰਨਗੇ ਵੀ ਤੁਸੀਂ ਮਹਿੰਗਾ ਦੇ ਰਹੇ ਜੇ। ਸਬਜ਼ੀ ਜਿਹੜੀ ਹੈ ਉਹ ਸੋਮਵਾਰ ਤੇ ਵੀਰਵਾਰ ਗੌਰਮੈਂਟ ਨੇ ਨਿਰਧਾਰਿਤ ਕੀਤਾ ਦੇਣ, ਲੇਕਿਨ ਉਹਦੇ ਬਾਵਜੂਦ ਵੀ ਮਿਲ ਰਹੀ ਹੈ, ਤੁਸੀਂ ਕਿਸ ਤਰ੍ਹਾਂ ਲੈ ਕੇ ਆਉਂਦੇ ਪਏ ਹੋ? ਉਹ ਤੋਂ ਬਾਅਦ ਮਹਾਰਾਜ 6 ਵਜੇ ਜਾ ਕੇ ਮੰਡੀ ਬੰਦ ਕਰਾਉਂਦੇ, ਮਨੇਰੇ ਜਾ ਕੇ ਕਿ ਉਹਨਾਂ ਨੇ ਆਖਿਆ ਵੀ ਜਦੋਂ ਮਰਜ਼ੀ ਲੈ ਸਕਦੇ, ਜਿਹੜੀ ਲੋਕਲ ਸਬਜ਼ੀ ਆਉਂਦੀ ਉਹ ਤੁਸੀਂ ਖਰੀਦ ਸਕਦੇ ਜੀ। ਭਾਅ ਜੀ, ਤੁਸੀਂ ਸਬਜ਼ੀ ਵੇਚਦੇ ਹੋ, ਅੱਜ ਤੁਸੀਂ ਫਰੂਟ ਲੈ ਗਏ, ਕੀ ਗੱਲ ਸਬਜ਼ੀ ਨਹੀਂ ਮਿਲਦੀ? ਸਬਜ਼ੀ ਨਹੀਂ ਮਿਲਦੀ ਬਾਈ, ਮਹਿੰਗੀ ਬੜੀ ਆ। ਕਿੰਨੀ ਕੁ ਮਹਿੰਗੀ ਵੇਚਦੇ ਪਏ ਆ? ਡਬਲ ਕਰਤਾ ਅੱਜ ਤਾਂ, ਜਿਹੜਾ 600 ਦਾ ਤੋੜਾ 1300-1400 ਦਾ ਦੇਈ ਜਾਂਦੇ। ਕੀ ਇਹ ਰੇੜੀਆਂ ਦਾ ਆੜਤੀਆਂ ਦੇ ਨਿਰਧਾਰਿਤ ਕੀਤੇ? ਆੜਤੀ ਦੇ ਰਹੇ ਨੇ ਯਾਰ, ਆੜਤੀ ਦੇ ਰਹੇ ਜੀ, ਆੜਤੀ ਮਤਲਬ ਕਿ ਆੜਤੀਆਂ ਨੇ ਇਹ ਰੇਟ ਪਿੱਛੋਂ ਵਧਾਤੇ? ਆੜਤੀਆਂ ਨੂੰ ਪੁੱਛਿਆ, ਆੜਤੀਆਂ ਨੇ ਅੱਜ 1300-1400 ਰੁਪਈਆ ਭਾਅ ਦੱਸਿਆ ਜੀ ਆਲੂ ਦੇ ਤੋੜੇ ਦਾ। ਸੋ ਦੇਖੋ ਜੀ, ਜਿੱਥੇ ਗੱਲ ਕਰੀਏ ਆਪਾਂ ਕੋਰੋਨਾ ਦੀ, ਤੇ ਕੋਰੋਨਾ ਜਿਹੜਾ ਵਾ ਉਹ ਕਾਫੀ ਹੋ ਗਿਆ ਲੋਕਾਂ ਦੇ ਹਾਵੀ, ਉਹਦੇ ਬਾਵਜੂਦ ਵੀ ਸਬਜ਼ੀਆਂ ਦੇ ਰੇਟ ਵੀ ਲੋਕਾਂ ਤੇ ਬੜੇ ਹਾਵੀ ਹੋ ਚੁੱਕੇ ਨੇ। ਕੈਮਰਾਮੈਨ ਸਾਹਿਲ ਸ਼ਰਮਾ ਦੇ ਨਾਲ ਮੈਂ ਸੁਸ਼ੀਲ ਲਾਟੀ, ਪੰਜਾਬ ਨਿਊਜ਼, ਅੰਮ੍ਰਿਤਸਰ ਤੋਂ।